ਆਤੰਕਵਾਦੀ ਹਮਲਿਆਂ ਦਾ ਇਨਪੁਟ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਅਤਿ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚੋਂ ਪਠਾਨਕੋਟ, ਬਟਾਲਾ, ਗੁਰਦਾਸਪੁਰ ਦਾ ਚੱਪਾ ਚੱਪਾ ਖੰਗਾਲਿਆ ਗਿਆ। ਇਸ ਸਰਚ ਮੁਹਿੰਮ ਵਿੱਚ ਪੰਜਾਬ ਪੁਲਿਸ ਦੇ ਕਰੀਬ 2500 ਜਵਾਨ ਸ਼ਾਮਲ ਸਨ। ਜਾਣਕਾਰੀ ਮੁਤਾਬਿਕ ਸਰਚ ਆਪਰੇਸ਼ਨ ਨੂੰ ਲੈ ਕੇ ਫੋਰਸ ਨੂੰ 33 ਵੱਖ ਵੱਖ ਭਾਗਾਂ ਵਿੱਚ ਵੰਡਿਆ ਗਿਆ, ਜੋ ਕੱਲ੍ਹ ਤੱਕ ਜਾਰੀ ਰਹੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਕੱਲ੍ਹ ਤੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਅੱਜ 27 ਪਿੰਡਾਂ ਦੀ ਤਲਾਸ਼ੀ ਲਈ ਗਈ। ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਦੀ ਰਿਪੋਰਟ। ਸਰਚ ਆਪਰੇਸ਼ਨ ਜੋ ਹੈ, ਕੰਬਿੰਗ ਆਪਰੇਸ਼ਨ ਚੱਲ ਰਿਹਾ। ਇਹਦੀ ਰੂਪ ਰੇਖਾ ਇਹ ਹੈ ਕਿ ਅਸੀਂ ਮੇਰੇ ਕੋਲ 200 ਦੇ ਕਰੀਬ ਜਵਾਨ ਹੈਗੇ ਨੇ, ਜਿਹਦੇ ਵਿੱਚ
35 ਟੁਕੜੀਆਂ ਬਣਾਈਆਂ ਸੀ, ਉਹਨਾਂ ਨੂੰ ਸਬ ਇੰਸਪੈਕਟਰ ਇੰਸਪੈਕਟਰ ਲੀਡ ਕਰ ਰਹੇ ਨੇ ਔਰ DSP ਸਾਹਿਬਾਨ ਵੀ ਉਹਨਾਂ ਨੂੰ ਸੁਪਰਵਾਈਜ਼ ਕਰ ਰਹੇ ਨੇ ਔਰ ਓਵਰਆਲ ਇਸ ਜਿਹੜਾ ਕੰਟੀਜੈਂਟ ਦੀ ਸੁਪਰਵਿਜ਼ਨ ਮੈਂ ਕਰ ਰਿਹਾ। ਇਸ ਤੋਂ ਅਸੀਂ ਇਹਨਾਂ ਨੂੰ ਬਰੀਫ ਕਰਨ ਤੋਂ ਬਾਅਦ 8 ਵਜੇ ਤੋਂ ਸਾਡਾ ਇਹ ਕੰਬਿੰਗ ਆਪਰੇਸ਼ਨ ਚੱਲ ਰਿਹਾ ਔਰ ਇਹ ਸ਼ਾਮ ਤੱਕ ਜਾਰੀ ਰਹੇਗਾ। ਸਾਡਾ ਮਕਸਦ ਇਹੀ ਹੈ ਕਿ ਜਿੰਨੇ ਵੀ ਇਹ ਡੇਰਾ ਬਾਬਾ ਨਾਨਕ ਦਾ ਬਾਰਡਰ ਏਰੀਆ ਪਾਕਿਸਤਾਨ ਦੇ ਨਾਲ ਲੱਗਦਾ, ਇਹਦੇ ਵਿੱਚ ਜਿੰਨਾ ਵੀ ਕਮਾਦ ਹੈ ਜਾਂ ਖੇਤ ਨੇ ਕਿ ਇਹਨਾਂ ਵਿੱਚ ਕਿਸੇ ਵੀ ਬਾਹਰਲੇ ਅਨਸਰ ਦੀ ਔਰ ਹਥਿਆਰ ਗੋਲਾ ਬਰੂਦ ਦੀ ਮੌਜੂਦਗੀ ਨਾ ਹੋਵੇ, ਇਸ ਮਕਸਦ ਨੂੰ ਅਸੀਂ ਰੱਖ ਕੇ ਇਹ ਕੰਬਿੰਗ ਆਪਰੇਸ਼ਨ ਚਲਾਇਆ ਔਰ ਇਸ ਨੂੰ ਸੀਨੀਅਰ ਲੈਵਲ ਦੇ ਅਧਿਕਾਰੀ SSP ਜਿਹੜੇ ਬਟਾਲਾ ਸਰ ਅਪਿੰਦਰਜੀਤ ਸਿੰਘ ਘੁੰਮਣ ਨੇ ਔਰ ਕਮਾਂਡੈਂਟ ਰਾਜਜੀਤ ਸਿੰਘ ਉਹਨਾਂ ਦੀ ਸਪੋਰਟ 'ਤੇ ਨੇ, ਉਹ ਦੋਨੋਂ ਅਫਸਰ ਸਾਹਿਬਾਨ ਵੀ ਇਸ ਪੂਰੇ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਔਰ ਇਹ ਜਿਹੜਾ ਆਪਰੇਸ਼ਨ ਹੈ ਸਾਡਾ ਸ਼ਾਮ ਤੱਕ ਜਾਰੀ ਰਹੇਗਾ ਔਰ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਆਪਰੇਸ਼ਨ ਜਿਹੜਾ ਹੈਗਾ ਕੱਲ੍ਹ ਵੀ ਇਸੇ ਤਰ੍ਹਾਂ ਸਾਡਾ ਜਿਹੜਾ ਹੈਗਾ ਇਸ ਏਰੀਏ ਤੋਂ ਇਲਾਵਾ ਜੋ ਬਾਕੀ ਦਾ ਏਰੀਆ ਬਚੇਗਾ ਜੋ ਸਾਨੂੰ ਮਿਲੇਗਾ ਉਹ ਜਾਰੀ ਰਹੇਗਾ। ਦੇਖੋ 2300 ਦੇ ਕਰੀਬ ਜਿਹੜੇ ਮੁਲਾਜ਼ਮ ਨੇ ਉਹ ਬਟਾਲਾ ਜ਼ਿਲ੍ਹੇ ਵਿੱਚ ਆਲਰੇਡੀ ਪੋਸਟਡ ਨੇ ਔਰ 2000 ਬੰਦਾ ਜਿਹੜਾ ਹੈਗਾ ਇਸ ਵੇਲੇ ਇਸ ਆਪਰੇਸ਼ਨ ਨੂੰ ਅੰਜਾਮ ਵੱਖ ਵੱਖ ਏਰੀਏ ਦੇ ਵਿੱਚ ਦੇ ਰਿਹਾ ਔਰ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਗਿਆ ਕਿ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਅਤੇ ਜਿਹੜਾ ਹੈਗਾ ਪਠਾਨਕੋਟ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਆਪਰੇਸ਼ਨ ਬਾਰਡਰ ਦੇ ਏਰੀਏ ਦੇ ਵਿੱਚ ਚੱਲ ਰਿਹਾ ਅਤੇ ਉਸੇ ਦੀ ਲੜੀ ਦੇ ਵਿੱਚ ਜਿਹੜਾ ਆਪਰੇਸ਼ਨ ਹੈ ਉਹ ਬਟਾਲਾ ਜ਼ਿਲ੍ਹੇ ਦੇ ਵਿੱਚ ਵੀ ਕਰੀਬ 2000 ਮੁਲਾਜ਼ਮ ਜਿਹੜੇ ਵਿੱਚ NGO DSP ਸਾਹਿਬਾਨ SP ਸਾਹਿਬਾਨ ਲੱਗੇ ਹੋਏ ਨੇ। ਹੁਣ ਤੁਸੀਂ ਦੇਖ ਰਹੇ ਹੋ ਕਿ ਮੁਲਾਜ਼ਮਾਂ ਦਾ ਜਿਹੜਾ ਹੈਗਾ ਪੂਰੇ ਮਤਲਬ ਇਹਨੂੰ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੇ ਅੰਦਰ ਰੁਚੀ ਵੀ ਹੈ ਕਿਉਂਕਿ ਜਦੋਂ ਡਿਊਟੀ ਕਰਨ ਆਏ ਨੇ ਤਾਂ ਤੁਸੀਂ ਦੇਖ ਰਹੇ ਹੋ ਕਿ